ਜਿਹੜੀ ਕਿ ਸਤੰਬਰ ਦੇ ਵਿੱਚ ਲਾਈ ਜਾਂਦੀ ਹੈ ਅਤੇ ਲਗਭਗ ਮਿਡ ਮਾਰਚ ਤੱਕ ਵਧੀਆ ਆਪਾਂ ਨੂੰ ਅਰਨਿੰਗ ਦੇ ਸਕਦੀ ਹੈ। ਬਹੁਤੇ ਵੀਰ ਕਹਿੰਦੇ ਹੁੰਦੇ ਆ ਕਿ ਚੰਗੀ ਅਰਨਿੰਗ ਦੇ ਲਈ ਕਿਹੜੀ ਫਸਲ ਲਾਈ ਜਾਵੇ, ਬਹੁਤ ਵਧੀਆ ਖੇਤੀ ਹੈ। ਤੁਸੀਂ ਆਪਣੇ ਚੈਨਲ 'ਤੇ ਇਹਦੀ ਵੀਡੀਓ ਦੇਖੋਗੇ, ਬਾਈ ਗੁਰਭੇਜ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਅਤੇ ਇੰਟਰਕ੍ਰੋਪ ਕੀਤੀ ਹੋਈ ਹੈ ਜੀ ਲਸਣ, ਜਿਹੜੀ ਆਮ ਚੱਲਦੀ ਆ ਅਤੇ ਚੱਲਦੀ ਹੋਈ ਰਹਿਣੀ ਆ, ਅਤੇ ਨਾਲ ਹੈਗੀ ਆ ਸਟਰਾਬਰੀ।